अक्सर ही देखा जाता है कि समय समय पर गरीब, बेसहारा और जरूरतमंद के लिए जहां सरकारों द्वारा लोक भलाई स्कीमें चलाकर उनकी मदद की जाती है, वहीं समय समय पर अनेकों धार्मिक, सामाजिक व अन्य संस्थाओं द्वारा भी हमारे आसपास रहने वाले ऐसे ही जरूरतमंदों की सहायता की जा रही है। फिर चाहे मदद किसी भी रूप में हो, ऐसा ही कुछ काम आजकल सरबत का भला चैरिटेबल ट्रस्ट द्वारा पिछले काफ़ी लंबे समय से जरूरतमंदों की मदद के लिए कार्य कर रहा है। फिरोजपुर ज़िले में भी सरबत का भला चैरिटेबल ट्रस्ट की तरफ से तकरीबन 200 के करीब जरूरतमंदों को पेंशन के रूप में चेक देकर उनकी सहायता की गई। गौरतलब है कि ट्रस्ट के द्वारा दिल्ली किसान आंदोलन में भी किसानों के लिए राशन व दवाएँ मुहैया करवाई गई और साथ ही फिरोजपुर के सिविल अस्पताल में डायलिसिस की मशीन भी प्रदान की गई ताकि लोगों को डायलिसिस के लिए दूर दराज के चक्रों से निजात मिल सके। वहीं इस मौके ट्रस्ट के जुड़े बुद्धिजीवी लोगों ने भी ट्रस्ट की विशेषताएं गिनवाई और अपने अपने विचार प्रस्तुत किए। फिरोजपुर में आयोजित ट्रस्ट द्वारा मासिक कार्यक्रम के दौरान ट्रस्ट के जिला प्रधान हरजिंदर सिंह खतरा ने बताया कि सरबत का भरा चैरिटेबल ट्रस्ट एक इंटरनेशनल संस्था है जो कि समय समय पर लोक भलाई से जुड़े हुए कामों को करते हुए जरूरतमंद लोगों की मदद के लिए हमेशा तत्पर रहती है। उन्होंने कहा, हमारी समूची टीम मानव सेवा से जुड़े कामों में जुटी हुई है। उन्होंने बताया, ट्रस्ट की तरफ से फिरोजपुर शहर में जल्द ही आधुनिक मशीनों से लैस एक लेबोरेटरी खोलने का निर्णय भी लिया गया है। और ਅਸੀਂ ਫਿਰੋਜ਼ਪੁਰ ਜ਼ਿਲ੍ਹੇ ਤੋਂ ਬੋਲਦੇ ਹਾਂ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜੋ ਕਿ ਡਾਕਟਰ ਐਸ ਪੀ ਉਬਰਾਏ ਜੀ ਵੱਲੋਂ ਹਰ ਮਹੀਨੇ ਸਾਨੂੰ ਚੈੱਕ ਦਿੱਤੇ ਜਾਂਦੇ ਨੇ। ਵੈਸੇ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਜੀ ਹਰ ਮਹੀਨੇ ਆਉਂਦੇ ਨੇ। ਅਸੀਂ ਜ਼ਰੂਰਤਮੰਦ ਫਿਰੋਜ਼ਪੁਰ ਵਿੱਚ ਅਸੀਂ ਤਕਰੀਬਨ 21 ਪੈਨਸ਼ਨਾਂ ਸਾਡੀਆਂ ਲੱਗੀਆਂ ਹੋਈਆਂ ਸੀ, ਜਿਹੜੀਆਂ ਵਿਡੋ, ਲੋੜਵੰਦ, ਵਿਧਵਾ, ਇਸ ਤਰ੍ਹਾਂ ਜਿਹੜੀਆਂ ਗਰੀਬ ਔਰਤਾਂ ਨੇ ਉਹਨਾਂ ਦੀ ਸਹਾਇਤਾ ਵਾਸਤੇ ਹਰ ਮਹੀਨੇ ਅਸੀਂ ਉਹਨਾਂ ਨੂੰ ਚੈੱਕ ਦਿੰਦੇ ਹਾਂ। ਫਿਰੋਜ਼ਪੁਰ ਸਾਡੀ ਟੀਮ ਪੂਰੀ ਸਾਡਾ ਸਹਿਯੋਗ ਕਰਦੀ ਨੇ। ਸਾਡੇ ਸਰ ਡਾਕਟਰ ਐਸ ਪੀ ਉਬਰਾਏ ਜੀ, ਹਰਜਿੰਦਰ ਸਿੰਘ ਕਤਨਾ ਜ਼ਿਲ੍ਹਾ ਪ੍ਰਧਾਨ, ਉਹਨਾਂ ਦਾ ਧੰਨਵਾਦ ਕਰਦੇ ਹਾਂ ਤਾਂ ਕਿ ਉਹ ਅੱਗੇ ਵੀ ਸਾਨੂੰ ਇਸ ਤਰ੍ਹਾਂ ਸਹਿਯੋਗ ਦਿੰਦੇ ਰਹਿਣ। ਸਾਨੂੰ ਇਹਨਾਂ ਵੱਲੋਂ, ਮੈਨੂੰ ਸਾਲ, ਮੇਰਾ ਨਾਮ ਸਪਨਾ ਹੈ, ਉਹ ਚੁੰਨੀ ਲਾਲ ਮੇਰੇ ਪਤੀ ਦਾ ਨਾਮ ਹੈ, ਔਰ ਮੈਨੂੰ ਇੱਕ ਸਾਲ ਤੋਂ ਉਹ ਪੈਨਸ਼ਨ ਮਿਲ ਰਹੀ ਹੈ, 500 ਰੁਪਇਆ ਮੈਨੂੰ ਦਿੱਤਾ ਜਾਂਦਾ ਹੈ। ਬਾਕੀ ਸਾਰੇ ਵੀ ਜਨਤਾ ਜਿਹੜੀ ਵੀ ਆਉਂਦੀ ਸਭ ਨੂੰ ਦਿੰਦਾ ਹੈ। ਇਹ ਸਟਾਫ ਦੇ ਵਿੱਚ ਸਾਡਾ ਇਹਨਾਂ ਦਾ ਅਤੇ ਜਿੱਥੋਂ ਇਹ ਆ ਰਿਹਾ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਬਹੁਤ ਬਹੁਤ ਇਹਨਾਂ ਦਾ ਸ਼ੁਕਰਗੁਜ਼ਾਰ। ਤੇਰੇ ਭਾਵੇਂ ਸਭ ਦਾ ਭਲਾ। ਅੱਜ ਜਿਹੜਾ ਚੈੱਕ ਚੁੱਕ ਔਰ ਜਿਹੜਾ ਪ੍ਰੋਗਰਾਮ ਰੱਖਿਆ ਗਿਆ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਜੀ, ਸਾਨੂੰ ਇੱਕ ਰੱਬ ਵਰਗਾ ਆਸਰਾ ਜੀ, ਇਹ ਸਾਨੂੰ ਭੈਣ ਭਰਾ ਵਾਂਗੂ ਹੈਲਪ ਦੇ ਰਹੇ ਆ। ਅੱਜ ਦੇ ਟਾਈਮ 'ਚ ਕੋਈ ਆਪਣਾ ਨਹੀਂ ਦਿੰਦਾ, ਸਾਨੂੰ ਬਹੁਤ ਜ਼ਿਆਦਾ ਹੀ ਫਾਇਦਾ ਹੈ। ਜਿਸ ਤਰੀਕੇ ਨਾਲ ਇਹਨਾਂ ਨੇ ਚੈੱਕ ਵਗੈਰਾ ਵੰਡੇ ਆ, ਤੁਸੀਂ ਕੀ ਕਹਿ ਰਹੇ ਹੋ ਕੋਈ ਹੋਰ ਵੀ ਸੰਸਥਾਵਾਂ ਨੂੰ ਅੱਗੇ ਆ ਕੇ ਇਸ ਤਰ੍ਹਾਂ ਜੋ ਪ੍ਰਾਲੀ ਕਰਨੇ ਚਾਹੀਦੇ? ਹਾਂਜੀ 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 ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇੱਕ ਇੰਟਰਨੈਸ਼ਨਲ ਸੰਸਥਾ ਹੈਗੀ ਹੈ ਜੋ ਲੋਕ ਭਲਾਈ ਦੇ ਕੰਮ ਕਰਦੀ ਹੈ, ਅਤੇ ਇਹ ਸਾਡਾ ਰੂਟੀਨ ਦਾ ਪ੍ਰੋਗਰਾਮ। ਅਸੀਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ 200 ਦੇ ਕਰੀਬ ਪਰਿਵਾਰਾਂ ਨੂੰ ਅਸੀਂ ਪੈਨਸ਼ਨਾਂ ਵੰਡ ਕੇ ਆਏ ਹਾਂ। ਅਤੇ ਇਸ ਤਰ੍ਹਾਂ ਹੁਣ ਫਿਰੋਜ਼ਪੁਰ ਸਾਡੇ 21 ਸੀਗੇ ਜਿਹੜੇ ਵਿਡੋ ਸੀਗੀਆਂ, ਨੀਡੀ ਲੋਕ ਸੀਗੇ, ਉਹਨਾਂ ਨੂੰ ਅਸੀਂ ਅੱਜ ਵੰਡੀ। ਅੱਜ ਮੇਰੇ ਨਾਲ ਬਲਵਿੰਦਰ ਸ਼ਰਮਾ ਜੀ ਹੈਗੇ ਆ, ਸਾਡੇ ਮੈਡਮ ਤਲਵਿੰਦਰ ਕੌਰ ਜੀ ਹੈਗੇ ਆ, ਅਤੇ ਨਾਲ ਕਮਲਜੀਤ ਸੀਗੇ ਫਿਰੋਜ਼ਪੁਰ ਟੀਮ ਤੋਂ ਹੈ ਸਾਡੇ। ਇਸ ਤੋਂ ਇਲਾਵਾ ਸਾਡੇ ਬਹਾਦਰ ਸਿੰਘ ਭੁੱਲਰ ਸੀਗੇ, ਲਖਵਿੰਦਰ ਸਿੰਘ ਅਤੇ ਪ੍ਰੇਮ ਚੰਦਾ ਜੀ ਹੈ। ਅਸੀਂ ਮਤਲਬ ਤਲਵੰਡੀ ਭਾਈ ਤੋਂ ਅਸੀਂ ਜੀਰਾ ਮੱਲਾ ਮਲ ਇਸ ਤਰ੍ਹਾਂ ਚੱਲਦੇ ਹੋਏ ਅੱਜ ਫਿਰੋਜ਼ਪੁਰ ਆਏ ਹਾਂ, ਅਤੇ ਕਰੀਬ 200 ਪਰਿਵਾਰਾਂ ਨੂੰ ਅਸੀਂ ਅੱਜ ਆਰਥਿਕ ਸਹਾਇਤਾ। ਇਹ ਸਾਡਾ ਮਹੀਨਾਵਾਰ ਚੱਲਦਾ ਪਿਆ। ਅਤੇ ਇਸ ਤੋਂ ਇਲਾਵਾ ਜਿਹੜੀ ਮੈਂ ਅਹਿਮ ਗੱਲ ਕਰਨੀ ਉਹ ਹੈ, ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਅਸੀਂ ਇੱਕ ਡਾਇਲਸਿਸ ਮਸ਼ੀਨ ਲਗਾਈ ਹੋਈ ਹੈ, ਜਿੱਥੇ ਕੋਈ ਵੀ ਡਾਇਲਸਿਸ ਪੇਸ਼ੈਂਟ ਫ੍ਰੀ, ਬਿਲਕੁਲ ਕੋਸਟ ਕੋਈ ਪੈਸਾ ਨਹੀਂ, ਨਾ ਦਵਾਈਆਂ ਦਾ ਨਾ ਕੋਈ ਮੈਡੀਕਲ ਉਹਨਾਂ ਦੀ ਕਿੱਟ ਦਾ, ਬਿਲਕੁਲ ਫ੍ਰੀ ਕੀਤੀ ਜਾਊਗੀ। ਅਤੇ ਇੱਕ ਫਿਰੋਜ਼ਪੁਰ ਵਾਸੀਆਂ ਲਈ ਇੱਕ ਹੋਰ ਰਾਹਤ ਭਰੀ ਖਬਰ ਅਸੀਂ ਦੇ ਰਹੇ ਹਾਂ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਲਦੀ ਹੀ ਇੱਥੇ ਇੱਕ ਲੈਬੋਰਟਰੀ ਖੋਲ੍ਹ ਰਿਹਾ ਹੈ ਜਿੱਥੇ ਆਧੁਨਿਕ ਤਰੀਕੇ ਦੇ ਢੰਗ ਦੀਆਂ ਮਸ਼ੀਨਾਂ ਲੱਗੀਆਂ ਹੋਣਗੀਆਂ ਅਤੇ ਬਿਲਕੁਲ ਨਾ ਮਾਤਰ ਰੇਟ ਮਤਲਬ ਉਹਨਾਂ 'ਤੇ ਹੋਣਗੇ। ਜਿਸ ਤਰ੍ਹਾਂ ਬਾਹਰ 5,000 ਦਾ ਕੋਈ ਟੈਸਟ ਹੋਵੇ, ਇੱਥੇ ਸਿਰਫ 400-500 ਦਾ ਹੋਵੇਗਾ, ਜਾਂ ਮਤਲਬ ਜੇ ਤੁਸੀਂ ਐਂ ਕਹੋ 80% ਟੈਸਟ ਵੈਸੇ ਹੀ ਇੱਥੇ ਫ੍ਰੀ ਕੀਤੇ ਜਾਣਗੇ, ਅਤੇ ਉਹ ਵੀ ਅਸੀਂ ਜਲਦੀ ਹੀ ਦੇਣਗੇ ਅਤੇ ਡਾਕਟਰ ਬਰਾਏ ਜੀ ਇੱਥੇ ਆ ਕੇ ਉਸ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਜੇ ਸਮੇਂ ਸਮੇਂ 'ਤੇ ਜਿਸ ਤਰ੍ਹਾਂ ਦੀਆਂ ਲੋੜਾਂ ਹੁੰਦੀਆਂ, ਕੋਈ ਕੁਦਰਤੀ ਆਫਤੀ ਹੁੰਦੀ ਹੈ, ਜਿਸ ਤਰ੍ਹਾਂ ਦਰਿਆਵਾਂ 'ਚ ਪਾਣੀ ਆ ਗਏ, ਲੋਕ ਪ੍ਰਭਾਵਿਤ ਹੋਏ, ਕਰੋਨਾ ਪੀਰੀਅਡ ਸੀ ਅਤੇ ਹੁਣ ਕਿਸਾਨ ਸੰਘਰਸ਼ ਚੱਲ ਰਿਹਾ, ਉੱਥੇ ਵੀ ਅਸੀਂ ਡਟੇ ਹੋਏ ਹਾਂ, ਲੋਕਾਂ ਦੀ ਮਦਦ ਕਰ ਰਹੇ ਹਾਂ।
तो बस वाहगुरू अगे ही अरदास करते हैं कि जल्दी यह संघर्ष खत्म हो तो किसान जो उत्थे संघर्ष जित के वापस आ। धन्यवाद। हाँ जी सर, की कहना चाहोगे जो अज तुम प्रोग्राम किया कि संस्था वालों? मैं कुलविंदर पाल फिरोजपुर तो। असीं सब उस मानयोग शख्सियत एस बी ओ बराज साहब का धन्यवाद करते हैं कि जिन्होंने अज साडे मसीहा दे तौर ते साडे विच हाजिर ने, जिन्हें अपनी कमाई का 98% हिस्सा जिहड़ा लोगों की सेवा विच लाउंदे आ। असीं उस टीम के एक अंग हाँ कि जिते बेसिक थले ग्राउंड लैवल से जोड़े नेड़ी होंगे जां जरूरतमंद होंगे असीं उन्हां दी सेवा उन्हां नूं पहुँचाउंदे आ। असीं इत्थों भी धन्यवाद करते हैं कि जिहड़ी जिस शख्सियत नूं असीं जानते भी नहीं तो उन्हां दी जिहड़ी सरवाया है वह लोड़वंद लोगों तक ही पहुँचे। असीं इहदे विच साडे विच एक पुल का काम जिहड़े साडे प्रधान जी मानयोग साडे हरजिंदर सिंह कतला जी आ, जिहड़े कि नदी के दो किनारे होंदे आ थले ग्राउंड लैवल तक पहुँचने तक साडा वो सहयोग करते आ। सेवा उन्हां दी इन्हां राहीं असीं उन्हां तक पहुँचाउंदे आ। सानू असी परमात्मा के अरदास करते हैं कि प्रधान जी नूं ते साडे उस अबराय साहब नूं जिस शख्सियत ने अपनी कमाई की सेवा इन्हां दे सहयोग राही थले पहुँचाउंदे आ, परमात्मा ने तंदुरुस्ती दे ते इन्हां नूं बख्शिश करे तां कि इस राही सेवा कर दें। सानू सेवा का सहयोग मिलता रहे, असी इवें ही सेवा करते रहेंगे।